ਸ਼ਸ਼ੀ ਗੱਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਦੇ ਉੱਤੇ ਬੀਏ ਸੈਮੈਸਟਰ ਤੀਜਾ ਪੰਜਾਬੀ ਸਾਹਿਤ ਦੇ ਵਿੱਚ ਕਿਹੜੇ-ਕਿਹੜੇ ਕੁਐਸਚਨਸ ਇੰਪੋਰਟੈਂਟ ਨੇ ਕਿਹੜੇ-ਕਿਹੜੇ ਟਾਪਿਕ ਕਰਕੇ ਜਾਈਏ ਹੁਣ ਦੇਖੋ ਪਹਿਲਾਂ ਕੀ ਹੁੰਦਾ ਸੀਗਾ ਕਵੀ ਤੇ ਕਵਿਤਾਵਾਂ ਦੇ ਵਿੱਚੋਂ ਆਪਸ਼ਨ ਆਉਂਦੀ ਹੁੰਦੀ ਸੀਗੀ ਠੀਕ ਹੈ ਚਾਹੇ ਤਾਂ ਤੁਸੀਂ ਕਵੀ ਯਾਦ ਕਰਜੋ ਠੀਕ ਹੈ ਮੈਂ ਲਾਸਟイヤー ਕਵੀ ਹੀ ਦਿੱਤੇ ਸੀ ਵੀ ਤੁਸੀਂ ਕਵੀ ਯਾਦ ਕਰ ਲਓ ਕਵਿਤਾਵਾਂ ਰਹਿਣ ਦਿਓ ਕਵਿਤਾਵਾਂ ਬਹੁਤ ਜ਼ਿਆਦਾ ਨੇ ਤਾਂ ਗੁਰੂ ਗੋਬਿੰਦ ਸਿੰਘ ਜੀ ਬੁੱਲੇ ਸ਼ਾ ਹਾਸ਼ਮ ਸ਼ਾ ਵਾਰਿਸ ਸ਼ਾ ਹੋਗੇ ਸ਼ਾ ਮੁਹੰਮਦ ਹੋਗੇ ਅਹਿਮਦ ਯਾਰ ਹੋਗੇ ਫਤਲ ਸ਼ਾ ਤਾਂ ਮੈਂ ਲਾਸਟ ਇਅਰ ਤੁਹਾਨੂੰ ਕਵੀ ਦੱਸਦੇ ਸੀ ਪਰ ਹੁਣ ਲਾਸਟ ਇਅਰ ਜਦੋਂ ਪੇਪਰ ਆਇਆ ਪੈਟਰਨ ਚ ਤਾਂ ਇਹੀ ਸੀਗਾ ਕਿ ਕਵੀ ਤੇ ਕਵਿਤਾਵਾਂ ਚੋਂ ਇੱਕ ਵੀ ਚੋਇਸ ਆਉਗੀ ਲੇਕਿਨ ਜਦੋਂ ਪੇਪਰ ਆਇਆ ਤਾਂ ਕਵਿਤਾਵਾਂ ਹੀ ਪੁੱਛੀਆਂ ਗਈਆਂ ਸੀ ਤਾਂ ਯੂਨੀਵਰਸਿਟੀ ਆਪਣੇ ਅਕੋਰਡਿੰਗ ਪਾ ਦਿੰਦੀ ਹੈ ਤਾਂ ਜਾਂ ਤਾਂ ਤੁਸੀਂ ਜਿਹੜੀਆਂ ਹੈ ਕਵਿਤਾਵਾਂ ਹੀ ਪੜ ਜੋ ਕਵਿਤਾਵਾਂ ਮੇਰੇ ਪਰਸਪੈਕਟਿਵ ਤੋਂ ਕਿਹੜੀਆਂ ਇੰਪੋਰਟੈਂਟ ਨੇ ਤਾਂ ਬਾਰਾ ਮਾ ਹੀ ਰਾਂਝਾ ਲੈਲਾ ਮਜਨੂ ਚੰਡੀ ਦੀ ਵਾਰ ਬੁੱਲਾ ਕੀ ਜਾਣਾ ਮੈਂ ਕੌਣ ਸੱਸੀ ਪੁੰਨੂ ਸੋਣੀ ਮਾਹੀਵਾਲ ਜੰਗ ਹੀ ਤੇ ਹਿੰਦ ਪੰਜਾਬ ਸੋ ਅਗਰ ਤੁਸੀਂ ਕਵੀ ਵੀ ਪੜ ਕੇ ਜਾਣੇ ਨੇ ਤਾਂ ਗੁਰੂ ਗੋਬਿੰਦ ਸਿੰਘ ਜੀ ਪੜ ਜੋ ਬੁੱਲੇ ਸ਼ਾਹ ਪੜ ਜੋ ਆਸ਼ਮ ਸ਼ਾਹ ਵਾਰਿਸ ਸ਼ਾਹ ਸ਼ਾਹ ਮੁਹੰਮਦ ਅਹਿਮਦ ਯਾਰ ਅਤੇ ਫਜ਼ਲ ਸ਼ਾਹ ਤੁਸੀਂ ਸਾਹਿਤਿਕ ਦੇਣ ਇਹਨਾਂ ਦੀ ਪੜ੍ਹ ਕੇ ਜਾ ਸਕਦੇ ਹੋ ਤੇ ਬੁੱਕ ਤੁਹਾਡੀ ਹੈਗੀ ਸਪਤਿਕਾ ਤਿੰਨ ਆਂਦੇ ਹੁੰਦੇ ਨੇ ਜਾਂ ਤੁਸੀਂ ਇਹਵਲੀਆਂ ਕਵਿਤਾਵਾਂ ਵੀ ਪੜ੍ਹ ਕੇ ਜਾ ਸਕਦੇ ਹੋ ਅਗਰ ਕਾਲਜ ਵਾਲਿਆਂ ਨੇ ਕੋਈ ਹੋਰ ਵੀ ਤੁਹਾਨੂੰ ਇਸ ਤੋਂ ਅਲੱਗ ਵੀ ਦੱਸੀ ਹੈ ਕਵਿਤਾ ਤਾਂ ਤੁਸੀਂ ਉਹ ਵੀ ਪੜ੍ਹ ਕੇ ਜਾ ਸਕਦੇ ਹੋ ਠੀਕ ਹੈ ਸੋ ਕਿਉਂਕਿ ਕਨਫਿਊਜ਼ਨ ਵਾਲਾ ਕੰਮ ਹੈਗਾ ਇਹਨਾਂ ਨੇ ਲਾਸਟ ਈਅਰ ਪੇਪਰ ਪੈਟਰਨ 'ਚ ਦਿੱਤਾ ਸੀ ਕਿ ਕਵੀ ਤੇ ਕਵਿਤਾਵਾਂ ਆਣਗੀਆਂ ਇਸ ਸਾਲ ਵੀ ਐਵੇਂ ਆ ਬੱਟ ਨੇ ਨਾ ਕਵਿਤਾਵਾਂ ਹੀ ਕਲੀਆਂ ਪਾ ਦਿੱਤੀਆਂ ਸੀ ਹੋ ਸਕਦਾ ਏਸ ਵਾਰ ਕੱਲੇ ਹੀ ਕਵੀ ਪਾ ਦੇਣ ਇਹਨਾਂ ਦਾ ਕੁਝ ਨਹੀਂ ਪਤਾ ਹਨਾ ਤੇ ਕਵਿਤਾਵਾਂ ਦੀ ਪ੍ਰਸੰਗ ਸਹਿਤ ਵਿਆਖਿਆ ਜਿਹੜੀ ਹਰ ਸਾਲ ਰਿਪੀਟ ਹੁੰਦੀ ਹੈ ਹੀ ਰਾਂਝਾ ਸਸੀ ਪੁੰਨੂ ਸੋਨੀ ਮਾਹੀਵਾਲ ਬੁੱਲਾ ਕੀ ਜਾਣਾ ਮੈਂ ਕੌਣ ਇਹ ਬਹੁਤ ਹੀ ਵਾਰ ਰਿਪੀਟ ਹੁੰਦੀ ਹੈ ਚੰਡੀ ਦੀ 12 ਪਰ ਇਹ ਵੀ ਜਿਹੜੀਆਂ ਬਾਕੀ ਦੀਆਂ ਨੇ ਇਹ ਵੀ ਬਹੁਤ ਮੋਸਟ ਇੰਪੋਰਟੈਂਟ ਨੇ ਚੰਡੀ ਦੀ 12 ਮਾ ਹੀ ਰਾਂਝਾ ਸਸੀ ਪੁੰਨੂ ਸੋਨੀ ਮਾਹੀਵਾਲ ਜੰਗ ਹਿੰਦ ਪੰਜਾਬ ਬੁੱਲਾ ਕੀ ਜਾਣਾ ਮੈਂ ਕੌਣ ਇੰਪੋਰਟੈਂਟ ਹੈ ਠੀਕ ਹੈ ਉਸ ਤੋਂ ਬਾਅਦ ਦੇ ਵਿੱਚ ਸਾਰ ਵਿਸ਼ਾ ਵਸਤੂ ਹੁਣ ਦੇਖੋ ਅਗਰ 15 16 ਤੁਹਾਡੇ ਸਾਰ ਨਹੀਂ ਤਾਂ ਤੁਸੀਂ ਪਹਿਲੇ 8 ਕਰ ਲਓ ਜਾਂ 9 ਤੋਂ 16 ਕਰ ਲਓ ਠੀਕ ਹੈ ਅਗਰ ਤੁਸੀਂ ਰਿਸਕ ਨਹੀਂ ਲੈਣਾ ਚਾਹੁੰਦੇ ਕਿਉਂਕਿ ਬਾਰ ਬਾਰ ਬੱਚੇ ਪੁੱਛਦੇ ਨੇ ਕਿ ਕਿਹੜਾ ਕਰਕੇ ਚਾਹੀਏ ਪਰ ਮੇਰੇ ਵੱਲੋਂ ਕਿਹੜੇ ਸਾਰ ਵਿਸ਼ਾ ਵਸਤੂ ਇੰਪੋਰਟੈਂਟ ਹੈ ਪਾਣੀ ਦੀਆਂ ਲੀਕਾਂ ਉਪਰੀ ਧਰਤੀ ਬਾਕੀ ਸਭ ਸੁਕਸਾਨ ਦਾ ਇਹ ਦੋਨੋਂ ਉਪਰੀ ਧਰਤੀ ਤੇ ਬਾਕੀ ਸਭ ਸੁਕਸਾਨ ਦਾ ਮੈਂ ਕਰਵਾ ਚੁੱਕੀ ਹਾਂ ਜਿਨ੍ਹਾਂ ਨੇ ਚੈੱਕ ਆਊਟ ਨਹੀਂ ਕੀਤਾ ਚੈੱਕ ਆਊਟ ਕਰਿਓ ਮਰਿਆ ਨਹੀਂ ਜਾਂਦਾ ਇੰਪੋਰਟੈਂਟ ਹੈ ਜਿੱਥੋਂ ਸੂਰਜ उगਦਾ ਹੈ 2 ਮਿੰਟ ਹੋਰ ਰੁਕ ਜਾ ਬਹੁਤ ਬਹੁਤ ਇੰਪੋਰਟੈਂਟ ਹੈ ਇਕਬਾਲ ਹੁਸੈਨ ਮੋਯਾਨੀ ਕਿੰਨੀ ਵਾਰ ਰਿਪੀਟ ਹੁੰਦੀ ਹੈ 27 ਮਿਲਵੀ ਅਤੇ ਹੱਡਾ ਰੋੜੀ ਵੀ ਸੋ ਇਹ ਇੰਪੋਰਟੈਂਟ ਹੈ ਦੋ ਦੋ ਪੇजेस ਦੇ ਜਿਹੜੇ ਨੇ ਤੁਸੀਂ ਸਾਰ ਵਿਸ਼ਾ ਵਸਤੂ ਕਰਕੇ ਆਣੇ ਨੇ ਇੱਕ ਪੇਜ ਦਾ ਪ੍ਰਸੰਗ ਸਹਿਤ ਵਿਆਖਿਆ ਅਤੇ ਜਿਹੜੇ ਤੁਸੀਂ ਉੱਪਰਲੇ ਸਾਰ ਕਵਿਤਾਾਂ ਦੇ ਵਿਸ਼ਾ ਵਸਤੂ ਸਾਰ ਕਰਕੇ ਆਉਣੇ ਨੇ ਇਹ ਜਿਹੜੇ ਨੇ ਇਹ ਵੀ ਤੁਸੀਂ 2.5 ਪੇजेस ਦੇ ਇਹ अटेम्प्ट ਕਰਨੇ ਮਤਲਬ 2.5 ਦੀ ਐਵਰੇਜ ਲਗਾ ਕੇ ਚਲੋ ਵਰਸਾਂਸੈਤ ਵੀ ਆਖੇ ਜਿਹੜਾ ਹੈ ਇੱਕ ਡੇਢ ਪੇਜ ਦਾ ਉਸ ਤੋਂ ਬਾਅਦ ਕਲਾਸਿਕ ਬਾਦ ਵਾਲਾ ਜਿਹੜੇ ਕੁਐਸਚਨ ਨੇ ਏ ਵਾਲੇ ਕੁਐਸਚਨ ਨੇ ਤਾਂ ਏ ਵਾਲਿਆਂ ਲਈ ਤੁਸੀਂ ਜਿਹੜੇ ਹੈਗੇ ਨੇ 2-2 ਪੇਜੀਜ਼ ਅਟੈਂਪਟ ਕਰਕੇ ਆਣੇ ਆ ਬਿੰਬ ਸ਼ੇਰ ਲਈ ਅਤੇ ਮਿੱਠ ਵਾਲੇ ਕੁਐਸਚਨ ਦੇ ਵਿੱਚ ਜਿਹੜੇ ਨੇ ਉਹਦੇ ਵਿੱਚ ਤੁਸੀਂ ਡੇਢ-2 ਪੇਜੀਜ਼ ਇਹਦੇ ਵਿੱਚ ਵੀ ਕਰਕੇ ਆਉਣੇ ਨੇ ਵਾਰਕ ਆਪ ਦੇ ਨਿਕਾਸ ਅਤੇ ਪ੍ਰਕਿਰਤੀ ਸੌਰੀ ਵਿਕਾਸ ਅਤੇ ਪ੍ਰਕਿਰਤੀ ਦੇ ਬਾਰੇ ਨੋਟ ਲਿਖੋ ਇਹ ਵੀ ਤੁਸੀਂ 2-2 ਪੇਜ ਦਾ ਅਟੈਂਪਟ ਕਰਕੇ ਆਣਾ ਠੀਕ ਹੈ ਅਗਰ ਆਪਾਂ ਗੱਲ ਕਰੀਏ ਕਿ ਇਸਾਰ ਤੇ ਵਿਸ਼ਾ ਵਸਤੂ ਜੋ ਅਗਰ ਇੱਥੇ ਇਹ ਕੋਈ ਵੀ ਸਾਹਿਤਕ ਦੇਣ ਪੁੱਛਦੇ ਨੇ ਤਾਂ ਤੁਸੀਂ ਕੁਲਵੰਤ ਸਿੰਘ ਵਿਰਖ ਮੋਹਨ ਪੰਡਾਰੀ ਕਿਰਪਾਲ ਕੁਜ਼ਾਕ ਅਮਨਪਾਲ ਸਾਰਾ ਖਾਲਿਦ ਹੁਸੈਨ ਇਹ ਇੰਪੋਰਟੈਂਟ ਆ ਠੀਕ ਹੈ ਵੈਸੇ ਮੈਂ ਕਹੂੰਗੀ ਕਿ ਸਾਰ ਤੇ ਵਿਸ਼ਾ ਵਸਤੂ ਹੀ ਪੜ ਜਾਓ ਮੋਸਟ ਇੰਪੋਰਟੈਂਟ ਹੈ ਅਗਰ ਤੁਸੀਂ ਹੋਰ ਵੀ ਕੋਈ ਬਿਲਕੁਲ ਹੀ ਲੀਸਟ ਤੇ ਰਹਿਣਾ ਚਾਹੁੰਦੇ ਹੋ ਰਿਸਕ ਦੇ ਉੱਤੇ ਤਾਂ ਪਹਿਲੇ ਅੱਠ ਕਰ ਲਓ ਟੋਟਲ ਯਾਦ ਠੀਕ ਹੈ ਇਹ ਬਹੁਤ ਇੰਪੋਰਟੈਂਟ ਹੈ ਫਾਈਨ ਸੋ ਵੀਡੀਓ ਨੂੰ ਸ਼ੇਅਰ ਕਰਿਓ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ